ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਸੋਸ਼ਲ ਮੀਡੀਆ ਤੇ ਇੱਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਡੀਓ ਦੇ ਵਿੱਚ ਇੱਕ ਸ਼ਖਸ ਜਿਹੜਾ ਹੈ ਉਹ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਆਡੀਓ ਦੇ ਵਿੱਚ ਜੋ ਚਰਚਾ ਹੋ ਰਹੀ ਹੈ ਉਹ ਦਰਸਲ ਇਹ ਹੈ ਜਿਸ ਨੂੰ ਲੈ ਕੇ ਸਾਰਾ ਵਿਵਾਦ ਵਧਿਆ ਕਿ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਟਰਾਂਸਪੋਰਟ ਮੰਤਰੀ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਪੀਏ ਦਾ ਨਾਮ ਲੈ ਕੇ ਕਿਸੇ ਸ਼ਖਸ ਦੇ ਵੱਲੋਂ ਅਣਪਛਾਤੇ ਵਿਅਕਤੀ ਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਕਾਲ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੂੰ ਤੇ ਕਾਲ ਕਰਕੇ ਕਿਹਾ ਜਾਂਦਾ ਹੈ ਕਿ ਤੁਹਾਡਾ ਕੰਮ ਪਾਰਟੀ ਨੂੰ ਪਸੰਦ ਆ ਰਿਹਾ ਹੈ ਤੁਹਾਨੂੰ ਚੇਅਰਮੈਨੀ ਤੇ ਟਿਕਟ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਚਾਹਵਾਨ ਹੋ ਤਾਂ ਤੁਹਾਨੂੰ ਚੇਅਰਮੈਨੀ ਜਾਂ ਟਿਕਟ ਤੱਕ ਆਫਰ ਕਰ ਸਕਦੀ ਹੈ ਪਾਰਟੀ ਜਿਸ ਦੇ ਲਈ ਹੁਣ ਮਾਫੀ ਮੰਗੀ ਜਾ ਰਹੀ ਹੈ ਤੇ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਕਾਲ ਕਰਕੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਆਡੀਓ ਕਲਿੱਪ ਸੁਣੋ ਜੋ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਹੀ ਹੈ ਮੇਰੀ ਗੱਲ ਹੁਣੇ ਨਾ ਅੱਛਾ ਆਹੋ ਕਹਿੰਦਾ ਮੈਂ ਨਹੀਂ ਸੀ ਫੋਨ ਕੀਤਾ ਤੇ ਕਹਿੰਦਾ ਵੀ ਉਹ ਕੀਤਾ ਕਿ ਹੋਰ ਨਹੀਂ ਸੀਗਾ ਪਰ ਏਦਾਂ ਨਹੀਂ ਸੀ ਕਿਹਾ ਕਿ ਅਸੀਂ ਪੀਏ ਆ ਬੋਲਦੇ ਕਹਿੰਦਾ ਬਾਅਦ ਚ ਮੈਨੂੰ ਕਿ ਆਪਣੇ ਲਾਲਜੀਤ ਭੁੱਲਰ ਜੀ ਦੇ ਪੀਏ ਦਾ ਵੀ ਫੋਨ ਆਇਆ ਕਹਿੰਦਾ ਉਹਨਾਂ ਨੂੰ ਵੀ ਮੈਂ ਦੱਸਿਆ ਕਿ ਨਹੀਂ ਨਹੀਂ ਤੁਹਾਡਾ ਰੋਂਗ ਨੰਬਰ ਆ ਮੈਂ ਪੀਏ ਨਹੀਂ ਆ ਤੇ ਕਹਿੰਦਾ ਜੇ ਕਹਿੰਦਾ ਉਹਨਾਂ ਨੂੰ ਏਦਾਂ ਦਾ ਲੱਗਦਾ ਆ ਵੀ ਮੈਂ ਉਹਨਾਂ ਦਾ ਪੀਏ ਆ ਜਾਂ ਉਹਨਾਂ ਨੂੰ ਲੱਗਾ ਆ ਕਹਿੰਦਾ ਮੈਂ ਸੌਰੀ ਫੀਲ ਕਰ ਲੈਣਾ ਕਹਿੰਦਾ ਨਾ ਮੈਂ ਉਹਨਾਂ ਨੂੰ ਕੋਈ ਧਮਕੀ ਦਿੱਤੀ ਹੈ ਤੇ ਨਾ ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਕੋਲ ਰਿਕਾਰਡਿੰਗ ਹੈ ਲਾਲਜੀਤ ਮੰਤਰੀ ਦਾ ਪੀਏ ਬੋਲਦਿਆਂ ਦੀ ਇਹਦੀ ਹੈਗੀ ਮੈਨੂੰ ਭੇਜੋ ਮੈਨੂੰ ਭੇਜ ਦਾਂ ਮੈਂ ਭੇਜ ਨਹੀਂ ਨਾ ਇਹ ਜਰਗ ਮੇਰੇ ਕੋਲ ਤਾਂ ਮੰਤਰੀ ਸਾਹਿਬ ਵੀ ਮੰਗਦੇ ਪਏ ਨੇ ਮੈਂ ਕਿਹਾ ਚਲੋ ਇਲੈਕਸ਼ਨਾਂ ਤੋਂ ਬਾਅਦ ਮੈਂ ਪਹਿਲੇ ਪਰਚਾ ਕਰਾਉਣਾ ਇਹਨਾਂ ਦੇ ਉਹ ਨਹੀਂ ਮੁੰਡਾ ਹੈਗਾ ਆਪਣਾ ਹੀ ਆ ਉਹ ਆਪਾਂ ਜਿੱਦਾਂ ਉਹਨੂੰ ਪੁੱਛਣਾ ਕਿ ਉਹਨੂੰ ਮੇਰੇ ਕੋਲ ਲੈ ਕੇ ਉਹਨੂੰ ਪੁੱਛ ਤੈਨੂੰ ਕਿੰਨੇ ਕਰਾਇਆ ਤੁਸੀਂ ਮੈਨੂੰ ਰਿਕਾਰਡਿੰਗ ਕਰ ਲਓ ਸੁਣਾਉਣੀ ਆ ਹਾਂ ਸੈਂਡ ਨਾ ਕਰਿਓ ਮੈਨੂੰ ਸੁਣਾ ਦਿਓ ਮੈਂ ਆਵਾਜ਼ ਪਛਾਣ ਲੈਣੀ ਇਹੀ ਆ ਕੋਈ ਹੋਰ ਆ ਆਵਾਜ਼ ਤੈਨੂੰ ਮੈਂ ਥੋੜੀ ਜਿਹੀ ਭੇਜ ਹੀ ਦੇਵਾਂਗੀ ਕੋਈ ਨਹੀਂ ਕੋਈ ਨਾ ਤੁਸੀਂ ਮੈਨੂੰ ਭੇਜ ਦਿਓ ਨਹੀਂ ਕਟਿੰਗ ਕਰਕੇ ਭੇਜ ਦਿਓ ਹਨਾ ਉਹ ਤਾਂ ਮੈਂ ਥੋੜੀ ਜਿਹੀ ਤੈਨੂੰ ਮੈਂ ਲਾਲਜੀਤ ਇਹ ਉਹ ਉਨੀ ਕ ਕਟਿੰਗ ਕਰ ਦਿਓ ਉਹ ਤਾਂ ਮੈਂ ਥੋੜੀ ਜਿਹੀ ਤੈਨੂੰ ਭੇਜ ਹੀ ਦਵਾਂਗੀ ਜਾਂ ਪਹਿਲੇ ਇਹਨੂੰ ਮੇਰੇ ਸਾਹਮਣੇ ਲਿਆ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਇਹਦੇ ਨਾਲ ਲਵਾਂ ਉਹਨੂੰ ਹੁਣੇ ਕਾਨਫਰੰਸ ਤੇ ਲੈ ਰੁਕ ਹਾਈਪਰ ਨਾ ਹੋਏ ਉਹਦੇ ਸਾਹਮਣੇ ਹੈ ਹਾਈਪਰ ਨਾ ਹੋਏ ਉਹਨੇ ਵੀ ਨਹੀਂ ਹਾਈਪਰ ਹੋਣਾ ਉਹਨੂੰ ਮੈਂ ਕਿਹਾ ਆ ਮੈਂ ਕਿਹਾ ਦੇਖ ਜੇ ਤੇਰੀ ਗਲਤੀ ਆ ਤਾਂ ਮੈਂ ਕਿਹਾ ਤੂੰ ਸੌਰੀ ਮੰਗ ਲਾ ਉਹ ਕਹਿੰਦਾ ਯਾਰ ਮੈਂ ਸੌਰੀ ਮੰਗਣ ਨੂੰ ਮੈਨੂੰ ਕੋਈ ਜਾਣਦਾ ਨਹੀਂ ਆ ਕਹਿੰਦਾ ਮੈਂ ਫੇਰ ਵੀ ਸੌਰੀ ਮੰਗੂਗਾ ਕਹਿੰਦਾ ਬਟ ਏਦਾਂ ਦੀ ਕੋਈ ਗੱਲ ਨਹੀਂ ਕਹਿੰਦਾ ਵੀ ਕਿਸੇ ਮੁੰਡੇ ਨੇ ਲਾਉਣਾ ਸੀ ਫੋਨ ਉਹਦਾ ਬੰਦ ਹੋ ਗਿਆ ਕਹਿੰਦਾ ਫਿਰ ਉਹਨੇ ਮੇਰੇ ਫੋਨ ਤੋਂ ਫੋਨ ਲਾਇਆ ਏਦਾਂ ਕਹਿੰਦਾ ਬਾਅਦ ਪਰਮਿਸ਼ਨ ਦਾ ਕਹਿੰਦਾ ਸੀਗਾ ਕਹਿੰਦਾ ਮੈਂ ਅਸੀਂ ਪਰਮਿਸ਼ਨਾਂ ਲੈਣ ਗਈ ਕਹਿੰਦਾ ਇਹਨਾਂ ਦੀ ਪਰਮਿਸ਼ਨ ਮਿਲੀ ਨੀ ਕਹਿੰਦਾ ਉਸ ਤੋਂ ਬਾਅਦ ਇਹਨਾਂ ਨੇ ਸਭ ਝੂਠ ਕਹਿੰਦਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਸੀਂ ਢਾਲ ਸਾਹਿਬ ਨੇ ਮੇਰੀ ਮੀਟਿੰਗ ਨਹੀਂ ਹੋਣ ਦਿੱਤੀ ਏਦਾਂ ਉਦਾਂ ਮੈਂ ਕਿਹਾ ਪਹਿਲੀ ਤਾਂ ਗੱਲ ਉਹ ਏਦਾਂ ਬੋਲਦੇ ਨਹੀਂ ਆ ਤੂੰ ਕਹ ਉਹਨਾਂ ਕੋਲ ਸਾਰੀ ਰਿਕਾਰਡਿੰਗ ਹੈਗੀ ਏ ਜਿਵੇਂ ਢਾਲ ਸਾਹਿਬ ਦਾ ਵੀਡੀਓ ਹੈਗਾ ਨਾ ਮੈਂ ਕਿਹਾ ਰਿਕਾਰਡਿੰਗਸ ਵੀ ਆਈਆਂ ਆ ਮੈਂ ਕਿਹਾ ਸੀਗਾ ਰੁਕੋ ਮੈਂ ਕਾਨਫਰੰਸ ਤੇ ਲੈਣਾ ਨੇ ਦ ਪਰਸਨ ਯੂ ਆਰ ਸਪੀਕਿੰਗ ਵਿਦ ਹੈਸ ਪੁੱਟ ਯੂਰ ਕਾਲ ਔਨ ਹੋਲਡ ਪਲੀਜ਼ ਸਟੇ ਔਨ ਦ ਲਾਈਨ आप जिस व्यक्ति से बात कर रहे हैं उसने आपकी कॉल को होल्ड पर रखा है कृपया लाइन पर बने रहें। चक्या नहीं होने हले ना ओके कोई नहीं The person you are speaking with has put your call on hold. Please stay on. The person you are speaking with has put your call on hold. Please stay on the line. आप जिस व्यक्ति से बात कर रहे हैं उसने आपकी कॉल को होल्ड पर रखा है कृपया लाइन पर बने रहें। बेटा उधर लास्ट वाले ऑर्डर लास्ट वाले बेंच पे बिल ले आ जा। हेलो हेलो हाँ तो लो करी गल हेलो 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 हाँ जी सत श्रीकाल हाँ जी मैडम जी ਕਰਮਜੀਤ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਅੱਛਾ ਜੀ ਮੇਰੇ ਨਾਲ ਵੀ ਤਿੰਨ ਚਾਰ ਸਾਲ ਪੜਿਆ ਇਹਨੂੰ ਵੀ ਪਤਾ ਹੀ ਆ ਆਪਣੇ ਬਾਰੇ ਤੇ ਚਲੋ ਮੇਰੇ ਨਾਲ ਵੀ ਮੇਰਾ ਤੇ ਭਰਾ ਹੈ ਨਾ ਛੋਟਾ ਹੈ ਸਾਰਿਆਂ ਨੂੰ ਆਪਣੇ ਭਰਾ ਹੀ ਮੰਨਦੀ ਆ ਨਾ ਹੀ ਮੇਰੇ ਨਾਲ ਕੋਈ ਮੇਰੇ ਕਿਸੇ ਦਾ ਕੋਈ ਦੁਸ਼ਮਣੀ ਹੈ ਤੇ ਨਾ ਹੀ ਵੈਰ ਹੈ ਪਰ ਮੇਰੇ ਨਾਲ ਕਿਉਂ ਵੈਰ ਕੱਢਿਆ ਜਾਂਦਾ ਮੈਨੂੰ ਇਹ ਨਹੀਂ ਪਤਾ ਨਾ ਹਾਂਜੀ ਤੇ ਮੈਂ ਇਹੀ ਤੇ ਕਹਿਣ ਪੁੱਛਣ ਲਈ ਕੰਪਲੇਂਟ ਕੀਤੀ ਸੀ ਜਾਂ ਵੀ ਕਿਹਦੇ ਕੋਲ ਕਿਹਦੇ ਕਹਿਣ ਤੇ ਫੋਨ ਕੀਤਾ ਗਿਆ
ਕਿਸੇ ਦੇ ਕਹਿਣ ਤੇ ਮੈਡਮ ਆਪਾਂ ਤਾਂ ਤੁਹਾਨੂੰ ਕਾਲ ਕੀਤੀ ਨਹੀਂ, ਆਪਾਂ ਤਾਂ ਮੇਰੇ ਕੋਲ ਸਿਰਫ ਸਾਡੀ ਕੋ ਤੁਹਾਡੀ ਪਰਮਿਸ਼ਨ ਆਈ ਸੀਗੀ ਉਹਦੀ ਐਪਲੀਕੇਸ਼ਨ, ਜੇ ਕਹਿੰਦੇ ਹੋ ਤਾਂ ਉਹ ਵੀ ਹੱਲੇ ਤੱਕ ਫਾਈਲ ਮੇਰੀ ਗੱਡੀ 'ਚ ਪਈ ਹੈ, ਮੈਂ ਤੁਹਾਨੂੰ ਫੋਟੋ ਸੈਂਡ ਕਰ ਦੇਣਾ ਜਿਹੜੀ ਮੈਨੂੰ ਦਫ਼ਤਰੋਂ ਮਿਲੀ ਸੀਗੀ ਵੀ ਇਹਨਾਂ ਦੀ ਪਰਮਿਸ਼ਨ ਲੈਣੀ ਹੈ। ਕਿੰਨੇ ਦਿੱਤੀ ਸੀ? ਉੱਥੋਂ ਬੋਬੀ ਚਾਚਾ ਜੀ ਨੇ ਕਿਹਾ ਸੀਗਾ ਵੀ ਉਧਰੋਂ ਤੁਹਾਡੇ ਮੇਰੇ ਹਿਸਾਬ ਨਾਲ ਉਧਰੋਂ ਰੈਲੀ ਤੋਂ ਆਏ ਸੀਗੇ ਉਧਰੋਂ ਹੱਲੇ ਉਹ, ਤੇ ਚਾਚਾ ਜੀ ਕਹਿੰਦੇ ਵੀ ਇਹਨਾਂ ਦੀ ਇੱਕ ਐਪਲੀਕੇਸ਼ਨ ਲਿਖ ਕੇ ਨਾ ਹਰਮਿੰਦਰਦੀਪ ਕੌਰ ਦੀ, ਕਹਿੰਦੇ ਵੀ ਇਹਦੀ ਪਰਮਿਸ਼ਨ ਲੈ ਆਓ। ਆਪਾਂ ਕਿਹਾ ਠੀਕ ਆ, ਦੋ ਤਿੰਨ ਪਰਮਿਸ਼ਨਾਂ ਹੋਰ ਵੀ ਲੈਣੀਆਂ ਸੀਗੀਆਂ। ਅੱਛਾ, ਉਹੀ ਪਰਮਿਸ਼ਨ ਆਪਾਂ ਤੁਹਾਡੀ ਲੈਣ ਗਏ ਤੁਹਾਨੂੰ, ਇਸੇ ਕਰਕੇ ਉਦੋਂ ਪਹਿਲਾ ਫੋਨ ਮੈਂ ਤੁਹਾਨੂੰ ਸੁਮਿਤ ਨੇ ਸ਼ਾਇਦ ਮੇਰੇ ਫੋਨ ਤੋਂ ਇਹੀ ਕੀਤਾ ਸੀਗਾ ਵੀ ਆਪਣੀ ਲੋਕੇਸ਼ਨ ਸੈਂਡ ਕਰਿਓ ਮੈਡਮ। ਸੁਮਿਤ ਕੌਣ ਹੈ? ਸੁਮਿਤ ਲੰਮੇ ਪਿੰਡੋ ਜੀ। ਅੱਛਾ, ਹਾਂਜੀ, ਉਹਨੇ ਲੋਕੇਸ਼ਨ ਗਿਆ ਸੈਂਡ ਕਰਨ ਨੂੰ, ਮੈਂ ਸੈਂਡ ਕਰਤੀ। ਹਾਂਜੀ ਹਾਂਜੀ, ਉਹ ਵੀ ਭਰਾ ਹੀ ਆ ਆਪਣਾ ਉਹ ਸੁਮਿਤ। ਹਾਂਜੀ ਹਾਂਜੀ, ਤੇ ਫੇਰ ਪਰਮਿਸ਼ਨ ਤੁਹਾਡੀ ਲੈਣ ਗਏ ਨਾ, ਜਦੋਂ ਪਰਮਿਸ਼ਨ ਦਾ ਹੁਣ ਲਾਅ ਹੋ ਗਿਆ ਕਿ 48 ਘੰਟੇ ਪਹਿਲਾਂ ਪਾਸ ਹੋਣੀ ਜਿਹੜੀ ਪਰਮਿਸ਼ਨ ਇੱਕ ਤੁਸੀਂ ਲੈਣੀ ਆ। ਉਹ ਗੱਲ ਹੋ ਗਈ, ਉਸ ਤੋਂ ਬਾਅਦ ਜਿਹੜਾ ਫੋਨ ਕੀਤਾ ਆਪਣੇ ਮੰਤਰੀ ਸਾਹਿਬ ਦੇ ਲਾਲਜੀਤ ਭੁੱਲਰ ਦਾ ਪੀਏ ਬਣ ਕੇ। ਕਿਹੜੇ ਮੈਡਮ ਭੁੱਲਰ ਦਾ ਪੀਏ ਦੱਸੋ ਤੁਸੀਂ? ਮੈਂ ਕਿਹਾ ਭਾਜੀ ਮੇਰੇ ਕੋਲ ਨਾ, ਦੇਖੋ ਮੇਰਾ ਛੋਟਾ ਵੀਰ ਜਾਂ ਵੱਡਾ ਵੀਰ ਹਨਾ, ਮੈਂ ਤੇ ਥੋੜਾ, ਮੈਨੂੰ ਪਤਾ ਮੈਂ ਉਮਰ ਤੋਂ ਵੱਡੀ ਆ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਨਾ ਹੀ ਕੋਈ ਵੈਰ ਵਿਰੋਧ ਹੈ। ਨਹੀਂ ਨਹੀਂ, ਮੈਂ ਤੇ ਕਰਮਜੀਤ ਨੂੰ ਇਹੀ ਗੱਲ ਕਹੀ, ਮੈਂ ਕਿਹਾ ਤੁਸੀਂ ਮੈਡਮ ਨਾਲ ਮੈਂ ਕਿਹਾ ਗੱਲ ਕਰਵਾ ਦੀ, ਮੈਂ ਕਿਹਾ ਗੱਲ ਕਰਵਾ ਦੀ ਵੀ ਜੇ ਆਪਾਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੁਛ ਬੋਲਿਆ, ਜੇ ਉਹਨਾਂ ਨੂੰ ਇਦਾਂ ਦੀ ਨਾ ਕੋਈ ਦਿਲ ਨੂੰ ਗੱਲ ਲੱਗੀ, ਹਾਰਟ ਫੀਲ ਹੋਇਆ ਵਾ, ਮੈਂ ਕਿਹਾ ਆਪਾਂ ਸੋਰੀ ਮੰਗ ਲੈਣੇ, ਮੈਂ ਕਿਹਾ ਉਸ ਦਿਨ ਤੋਂ ਬਾਅਦ ਤਾਂ ਆਪਾਂ ਕੋਲ ਵੀ ਨਹੀਂ ਕੀਤੀ ਦੁਬਾਰਾ। ਇਹ ਪਤਾ ਲੱਗਣਾ ਚਾਹੀਦਾ ਕਿ ਕਿਹਦੇ ਕਹਿਣ ਤੇ, ਕਿਹਦੇ ਕਹਿਣ ਤੇ ਮੈਨੂੰ ਫੋਨ ਕੀਤਾ ਗਿਆ। ਮੈਡਮ ਦੇਖੋ, ਮੈਂ ਇੱਕ ਤੇ ਸੌ ਖਾ ਕੇ ਮੈਂ ਤੁਹਾਨੂੰ ਸਾਬਤ ਕਰ ਨਹੀਂ ਸਕਦਾ, ਕਿਉਂਕਿ ਜਿਹੜਾ ਬੰਦਾ ਸੌ ਖਾਂਦਾ ਓਬਵੀਅਸਲੀ ਝੂਠ ਹੀ ਬੋਲਦਾ। ਕਿਉਂਕਿ ਐਵੇਂ ਫਿਰ ਮੈਂ ਡਿਟੇਲ ਕਰਾਵਾਂਗੀ, ਆਪਾਂ ਇਲੈਕਸ਼ਨ ਤੋਂ ਬਾਅਦ ਇਸ ਕੰਮ 'ਚ ਪੈਣਾ ਵੇ, ਸਰ ਮੈਂ ਸਿੱਧੀ ਜਿਹੜੀ ਗੱਲ ਦੱਸਾਂ, ਇਲੈਕਸ਼ਨ ਮੈਂ ਖਰਾਬ ਨਹੀਂ ਕਰਨਾ ਚਾਹੁੰਦੀ ਹੈ ਨਾ, ਕਿਉਂਕਿ ਆਪਣੀ ਪਾਰਟੀ ਦਾ ਕੰਮ ਹੈ, ਤੇ ਉਸ ਤੋਂ ਬਾਅਦ ਮੈਂ ਇਸ ਕੰਮ 'ਚ ਪੈਣਾ ਵੇ ਕਿ ਇਹ ਕੰਮ ਦੀ ਪੂਰੀ ਡਿਟੇਲ ਕਢਾਣੀ ਹੈ, ਤੇ ਫਿਰ ਮੈਂ ਜਿਹੜਾ ਵੀ ਹੋਇਆ ਮੈਂ ਉਹਨਾਂ ਨੂੰ ਪਰਚਾ ਕਰਾਉਣਾ। ਮੈਂ ਕਰਮਜੀਤ ਤੈਨੂੰ ਇਹੀ ਕਰਾ ਕੇ ਕਿਹਾ ਸੀ ਨਾ ਪਹਿਲੇ ਵੀ, ਕਿਉਂਕਿ ਪਹਿਲੇ ਵੀ ਮੈਨੂੰ ਥਰੈਡ ਕਾਲਸ ਆਈਆਂ ਨੇ ਤੇ ਕਰਮਜੀਤ ਹੀ ਮੇਰੇ ਨਾਲ ਜਾਂਦਾ ਰਿਹਾ। ਅੱਛਾ ਅੱਛਾ ਜੀ, ਹੈ ਨਾ, ਤੇ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਡਮ, ਜੇ ਤੁਹਾਡੇ ਮਨ 'ਚ ਤਾਂ ਡਾਊਟ ਹੈ ਨਾ, ਬਟ ਮੈਂ ਤਾਂ ਤੁਹਾਨੂੰ ਸਿੱਧੀ ਸਾਫ਼ ਤੇ ਸਪਸ਼ਟ ਗੱਲ ਦੱਸਦਾ ਵੀ ਕਿਸੇ ਦੇ ਕਹਿਣ ਤੇ ਆਪਾਂ ਤੁਹਾਨੂੰ ਕਾਲ ਨਹੀਂ ਕੀਤੀ, ਮੇਰੇ ਕੋਲ ਸਿਰਫ ਜਸ ਸਾਡੇ ਕੋਲ ਤੁਹਾਡੀ ਐਪਲੀਕੇਸ਼ਨ ਸੀਗੀ। ਨਹੀਂ ਮੈਂ ਤੁਹਾਡੀ ਗੱਲ ਨਾਲ ਐਗਰੀ ਆ, ਜਿਵੇਂ ਸੁਮਿਤ ਨੇ ਕੀਤੀ ਹੈ। ਹਾਂਜੀ, ਸੁਮਿਤ ਨੇ ਕੀਤੀ ਮੈਨੂੰ ਕਿਹਦੇ ਕਹਿਣ ਤੇ ਕੀਤੀ ਹੈ? ਤੁਹਾਡੇ ਫੋਨ ਤੋਂ ਮੈਡਮ ਅਸੀਂ ਕੀਤੀ, ਤੁਹਾਨੂੰ ਕੋਲ ਕਿਸੇ ਦੇ ਕਹਿਣ ਤੇ ਨਹੀਂ, ਬੋਬੀ ਚਾਚਾ ਨੇ ਕਿਹਾ ਇਹਨਾਂ ਦੀ ਪਰਮਿਸ਼ਨ ਲੈ ਆਓ, ਤਾਂ ਆਪਾਂ ਉਸੇ ਵਿਹਾਵ ਤੇ ਤੁਹਾਡੇ ਨਾਲ ਗੱਲ ਕੀਤੀ। ਮੇਰੇ ਨਾਲ ਉਸੇ ਵਿਹਾਵ ਤੇ ਗੱਲ ਨਹੀਂ ਹੋਈ ਨਾ। ਹਾਂਜੀ, ਇਹ ਤੁਹਾਨੂੰ ਵੀ ਪਤਾ ਹੈ, ਇਹ ਮੈਨੂੰ ਵੀ ਪਤਾ ਹੈ, ਤੁਸੀਂ ਗੱਲ ਕੀਤੀ ਗੱਲ ਤਾਂ ਮੇਰੀ ਗੱਲ ਸੁਣੋ, ਗੱਲ ਤਾਂ ਸਾਡੀ ਹੋਈ ਨਾ ਤੁਹਾਡੇ ਨਾਲ, ਕੋਈ ਥਰਡ ਪਰਸਨ ਦੀ ਤਾਂ ਗੱਲ ਹੀ ਨਹੀਂ। ਇਹ ਤੁਹਾਨੂੰ ਵੀ ਪਤਾ ਫਿਰ ਤੁਸੀਂ ਕੀ ਗੱਲ ਕੀਤੀ ਮੇਰੇ ਨਾਲ? ਹਾਂਜੀ, ਆਪਾਂ ਇੱਕ ਪਰਿਵਾਰ ਵਾਂਗੂ ਬੈਠੇ ਆ, ਤੁਸੀਂ ਵੀ ਜੇ ਮੇਰੀ ਗੱਲ ਸੁਣੋ ਕਰਮਜੀਤ, ਤੈਨੂੰ ਵੀ ਪਤਾ ਮੈਂ ਸੱਚ ਬੋਲਣ ਵਾਲੀ ਆ, ਮੈਨੂੰ ਸੱਚ ਬੋਲ ਦੇਣਗੇ ਮੈਂ ਹੁਣੇ ਛੱਡ ਦਾਂਗੀ ਸਾਰਾ ਕੁਝ। ਭਰਾ ਹੀ ਇਹ ਆਪਣਾ ਛੋਟਾ ਭਰਾ ਆ, ਇਹ ਸੱਚ ਬੋਲ ਦੇਣ, ਮੈਨੂੰ ਕੋਈ ਨੀ ਲੈਣਾ ਦੇਣਾ। ਦੇਖੋ ਤੁਸੀਂ ਵੀ ਮੇਰਾ, ਕਰਮਜੀਤ ਵੀ ਮੇਰਾ ਭਰਾ ਹੈ, ਤੁਸੀਂ ਵੀ ਮੇਰੇ ਭਰਾ ਹੋ, ਗੱਲ ਸੁਣੋ। ਹਾਂਜੀ, ਆਪਾਂ ਸ਼ਹਿਰ 'ਚ ਰਹਿਣਾ, ਸ਼ਹਿਰਦਾਰੀ ਰਹਿਣਾ ਹੈ ਨਾ, ਛੋਟਾ ਜਿਹਾ ਸ਼ਹਿਰ ਹੈ, ਤੇ ਇੱਕ ਦੂਜੇ ਦੇ ਨਾਲ ਆਉਣਾ ਜਾਣਾ ਵੀ ਹੈ, ਸੋ ਕੰਮ ਵੀ ਪੈਂਦੇ ਨੇ, ਤੇ ਨਾ ਹੀ ਆਪਣੀਆਂ ਕੋਈ ਜ਼ਮੀਨ ਜਾਇਦਾਦ ਵੰਡਣੀ, ਨਾ ਹੀ ਕੋਈ ਆਪਣੀਆਂ ਦੁਸ਼ਮਣੀਆਂ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੇ ਮੈਨੂੰ ਬਸ ਇੰਨਾ ਬੰਦਾ ਨੂੰ ਨਾ ਪਤਾ ਲੱਗਣਾ ਚਾਹੀਦਾ ਕਿ ਕਿਹਦੇ ਕਹਿਣ ਤੇ ਕੀਤਾ ਜਾਂ ਕੀ ਹੋਇਆ, ਕਿਉਂਕਿ ਜਿਹਦੇ ਕਹਿਣ ਤੇ ਕੀਤਾ ਨਾ ਉਹਦੀ ਵੀ ਰਿਕਾਰਡਿੰਗ ਮੇਰੇ ਕੋਲ ਆ ਗਈ ਹੋਈ ਹੈ, ਮੈਂ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੀ ਹਾਂ ਬਸ। ਮੈਡਮ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਆਈ ਨਾ, ਤੁਸੀਂ ਜੇ ਤੁਹਾਡਾ ਹੈਗਾ ਮਾਇੰਡ ਹੀ ਉੱਥੇ ਸਟੇਬਲ ਹੋਇਆ ਪਿਆ ਵੀ ਨਹੀਂ ਮੈਨੂੰ ਉੱਥੇ ਥਾਣੇ ਜਾ ਕੇ ਪ੍ਰੂਫ ਹੋਣਾ ਜਾਂ ਮੈਨੂੰ ਕੋਲ ਡਿਟੇਲ ਕਢਾ ਕੇ ਪ੍ਰੂਫ ਹੋਣਾ, ਉਹਦੇ ਵਿੱਚ ਤੁਹਾਨੂੰ ਮੈਂ ਕੁਛ ਨਹੀਂ ਕਹਿ ਸਕਦਾ, ਬਟ ਮੈਂ ਤੁਹਾਨੂੰ ਡਾਇਰੈਕਟਲੀ ਕਹਿੰਦਾ ਪਿਆ ਕਿ ਨਾ ਤਾਂ ਕਿਸੇ ਦੀ ਸਹੁੰ ਖਾ ਕੇ ਕਹਿੰਦਾ ਪਿਆ ਵਾਂ ਕਿ ਆਪਾਂ ਤੁਹਾਨੂੰ ਕਿਸੇ ਦੇ ਬਿਹਾਫ ਤੇ ਕਾਲ ਨਹੀਂ ਕੀਤੀ, ਸਿਰਫ ਤੁਹਾਡੀ ਇੱਕ ਪਰਮਿਸ਼ਨ ਲੈਣੀ ਸੀਗੀ, ਉਸ ਬਿਹਾਫ ਤੇ ਅਸੀਂ ਖੁਦ ਤੁਹਾਨੂੰ ਕਾਲ ਕੀਤੀ ਸੀ, ਕਿਸੇ ਦੇ ਕਹਿਣ ਤੇ ਤੁਹਾਨੂੰ ਕਾਲ ਨਹੀਂ ਕੀਤੀ। ਚਲੋ, ਉਹਦੇ ਬਾਰੇ ਗੱਲਬਾਤ ਤੁਸੀਂ ਬੋਬੀ ਚਾਚਾ ਜੀ ਨੂੰ ਫੋਨ ਕਰਕੇ ਪੁੱਛ ਲਓ ਲੰਮੇ ਪਿੰਡ ਵੀ ਸੁਮਿਤ ਗੁਰਪ੍ਰੀਤ ਨੇ ਮੈਨੂੰ ਕਾਲ ਕੀਤੀ ਸੀ, ਤੁਸੀਂ ਉਹਨਾਂ ਨੂੰ ਪਰਮਿਸ਼ਨ ਲੈਣ ਵਾਸਤੇ ਕਿਹਾ ਸੀਗਾ ਮੇਰੀ, ਤੇ ਤੁਹਾਨੂੰ ਪ੍ਰੂਫ ਹੀ ਚਾਹੀਦਾ ਵਾ, ਤੁਸੀਂ ਚਾਚਾ ਜੀ ਨਾਲ ਗੱਲ ਕਰ ਲਿਓ ਭਾਵੇਂ। ਉਸ ਤੋਂ ਬਾਅਦ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਆ ਦੇਖੋ ਮੰਤਰੀ ਸਾਹਿਬ ਦੀ ਗੱਡੀ ਅੱਗੇ ਜਾ ਰਹੀ ਹੈ, ਹੂਟਰ ਵੱਜਦੇ ਪਏ ਨੇ, ਹੁਣ ਅਸੀਂ ਡਿਨਰ ਕਰਨ ਲੱਗੇ, ਅਸੀਂ ਰਸਤੇ 'ਚ ਰੁਕਣ ਲੱਗੇ ਹਾਂ, ਤੁਹਾਨੂੰ ਕੋਈ ਕੰਮ ਹੋਇਆ, ਟਿਕਟ ਲੈਣੀ ਹੋਈ, ਚੇਅਰਮੈਨੀ ਲੈਣੀ ਹੋਵੇ, ਤੁਸੀਂ ਅਸੀਂ ਤੁਹਾਡੇ ਨਾਲ ਆ। ਮੈਡਮ ਚੇਅਰਮੈਨੀ ਲੈਣ ਦੀ ਤਾਂ ਤੁਹਾਨੂੰ ਗੱਲ ਕਹੀ ਨਹੀਂ ਕੋਈ, ਆਪਾਂ ਦੱਸੋ ਅਸੀਂ ਚੇਅਰਮੈਨੀ ਤੁਹਾਨੂੰ ਦਵਾ ਸਕਦੇ, ਮੈਨੂੰ ਦੱਸੋ ਕੀ? ਮੈਨੂੰ ਨਹੀਂ ਨਾ ਪਤਾ ਹੈਗਾ, ਤੁਸੀਂ ਹੁਣੇ ਕਹਿੰਦੇ ਪਹਿਲਾਂ ਮੈਂ ਗੱਲ ਹੀ ਨਹੀਂ ਕੀਤੀ, ਅਸੀਂ ਸਿਰਫ ਉਹਦੇ ਬਿਹਾਫ ਤੇ ਗੱਲ ਕੀਤੀ ਪਰਮਿਸ਼ਨ ਲਈ। ਹੁਣ ਤੁਸੀਂ ਕਹਿ ਰਹੇ ਹੋ ਕਿ ਹੈ ਨਾ ਟਿਕਟ ਬਾਰੇ ਤੁਸੀਂ ਮੈਨੂੰ ਇਹ
ਨਹੀਂ ਚਲੋ ਮੈਡਮ ਹੁਣ ਤੁਹਾਡੇ ਮਨ ਦੇ ਵਿੱਚ ਡਾਊਟ ਆ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਬਟ ਮੈਂ ਇੱਕ ਇਹੀ ਗੱਲ ਡਾਊਟ ਕਲੈਰੀਫਿਕੇਸ਼ਨ ਕਰਨ ਵਾਸਤੇ ਡਾਊਟ ਦੀ ਨਹੀਂ ਗੱਲ ਤੁਸੀਂ ਮੈਂ ਕਿਹਾ ਤੂੰ ਮੈਡਮ ਨੂੰ ਭਾਵੇਂ ਨਾ ਲਾਈਨ ਤੇ ਲੈ ਲਈ ਮੈਂ ਤਾਂ ਮੇਰੀ ਕਾਨਫਰੰਸ ਤੇ ਗੱਲ ਕਰਾ ਦੀ ਉਹਨਾਂ ਦੇ ਡਾਊਟ ਨਹੀਂ ਜਾਂਦੀ ਹੈਗੀ ਗੱਲ ਇੱਕ ਹੁਣ ਜਦੋਂ ਆਪਾਂ ਕਹਿੰਦੇ ਨਾ ਆਪਾਂ ਇਹਨਾਂ ਚੀਜ਼ਾਂ 'ਚ ਪੈ ਜੀ ਆਪਾਂ ਪ੍ਰੂਫ ਤੇ ਯਕੀਨ ਕਰੀਦਾ ਬਿਲਕੁਲ ਮੇਰੇ ਕੋਲ ਪ੍ਰੂਫ ਨੇ ਉਸ ਚੀਜ਼ ਦੇ ਅੱਛਾ ਜੀ ਤੇ ਕਰਮਜੀਤ ਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਮੈਂ ਪ੍ਰੂਫ ਤੋਂ ਬਿਨਾਂ ਨਹੀਂ ਪੈਰ ਪੱਟਦੀ ਹੈਗੀ ਕਰਮਜੀਤ ਤਾਂ ਮੈਨੂੰ ਅੱਗੇ ਵੀ ਆਈ ਸੀ ਕਾਲ ਤੈਨੂੰ ਪਤਾ ਹੈ ਨਾ ਉਹਨਾਂ ਨੂੰ ਪਹਿਲਾਂ ਦੱਸਿਆ ਮੈਂ ਕਿਹਾ ਕੋਈ ਵੀ ਕੰਮ ਹੁੰਦਾ ਮੈਂ ਕਿਹਾ ਮੈਨੂੰ ਕਹਿੰਦੇ ਆ ਸੁਮਿਤ ਨਾਲ ਗੱਲ ਕਰਾ ਦੀ ਕਰਮਜੀਤ ਕਾਨਫਰੰਸ ਤੇ ਹੈ ਬਰਾਦਰੀ ਪਿੱਛੇ ਨੀ ਜਾਂਦੀ ਹੈਗੀ ਮੈਂ ਪਿਆਰ ਹੀ ਲੈਣੀ ਆ ਤੇ ਪਿਆਰ ਹੀ ਦਿੰਦੀ ਉਹ ਤਾਂ ਮੈਡਮ ਉਹ ਤਾਂ ਛੋਟੀ ਸੋਚ ਵਾਲੀ ਗੱਲ ਹੋ ਜਾਂਦੀ ਨਾ ਜਿਹੜਾ ਬੰਦਾ ਉਸ ਪਾਸੇ ਜਾਂਦਾ ਆਪਾਂ ਖੁਦ ਨੀ ਜਾਂਦੇ ਨੂੰ ਪੁੱਛ ਲੋ ਅਸੀਂ ਖੁਦ 3-4 ਸਾਲ ਇਕੱਠੇ ਮੈਨੂੰ ਸੁਮਿਤ ਨਾਲ ਇੱਕ ਵਾਰੀ ਗੱਲ ਕਰਾ ਦੀ ਤੂੰ ਮੇਰੇ ਕੋਲ ਬਿਠਾ ਲਿਆ ਮੈਂ ਇਹਨਾਂ ਦੋਨਾਂ ਨੂੰ ਲਿਆ ਮੇਰੇ ਕੋਲ ਸ਼ਾਮ ਨੂੰ ਕੋਈ ਗੱਲ ਨੀ ਮੈਂ ਦੋਨਾਂ ਨੂੰ ਕਰ ਲੈਣਾ ਇਹਨਾਂ ਨਾਲ ਟਾਈਪ ਕਰ ਲੈਣਾ ਠੀਕ ਹੈ ਠੀਕ ਓਕੇ ਭਰਾ ਹੀ ਆ ਆਪਣੇ ਸਾਰੇ ਕੋਈ ਗੱਲ ਨਹੀਂ ਕੋਈ ਗੱਲ ਤੇਰਾ ਭਰਾ ਮੇਰਾ ਭਰਾ ਹੈ ਬਿਲਕੁਲ ਬਿਲਕੁਲ ਕੋਈ ਨਾ ਜੇ ਕੋਈ ਗਲਤੀ ਇਹਨਾਂ ਤੋਂ ਹੋਈ ਹੈ ਤਾਂ ਬੇਟਾ ਤੂੰ ਦੋਨਾਂ ਨੂੰ ਲਿਆਈ ਆਪਾਂ ਬੈਠ ਕੇ ਗੱਲ ਕਲੀਅਰ ਕਰ ਲਾਂਗੇ ਬਸ ਗੱਲ ਖਤਮ ਜਿਵੇਂ ਤੂੰ ਕਹੇਗਾ ਠੀਕ ਹੈ ਕੋਈ ਨਾ ਆਪਾਂ ਕਰ ਕੇ ਕਰ ਦਿੰਦੇ ਹਾਂ ਤੁਸੀਂ ਆਡੀਓ ਕਲਿੱਪ ਸੁਣੀ ਆਡੀਓ ਕਲਿੱਪ ਤੋਂ ਬਾਅਦ ਉਹ ਮਹਿਲਾ ਆਗੂ ਵੀ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਵੀ ਜਾਣਕਾਰੀ ਸਪਸ਼ਟ ਕੀਤੀ ਹੈ ਕਿ ਆਖਿਰ ਇਹ ਪੂਰਾ ਮਾਮਲਾ ਹੈ ਕੀ ਕੁਝ ਕਹਿ ਰਹੇ ਨੇ ਦੇਖੋ ਹਰਮਿੰਦਰ ਕੌਰ ਜੀ ਕੀ ਹੋਇਆ ਸੀ ਕੋਈ ਕੰਪਲੇਂਟ ਅੱਜ ਪੁਲਿਸ ਨੇ ਜੀ ਮੈਂ ਇੱਕ ਨਾ 26 ਤਰੀਕ ਨੂੰ ਮੀਟਿੰਗ ਰੱਖੀ ਸੀ ਅਤੇ ਜਿਹਦੀ ਕਰਕੇ ਪਰਮਿਸ਼ਨ ਦਾ ਕੋਈ ਚੱਕਰ ਪਿਆ ਸੀ ਅਤੇ ਉਹ ਆਪਾਂ ਮੀਟਿੰਗ ਸ਼ਿਫਟ ਕਰਤੀ ਸੀ ਪ੍ਰਦੀਪ ਸਿੰਘ ਠੋਲੂ ਦੇ ਅਤੇ ਉਸ ਤੋਂ ਬਾਅਦ ਮੈਨੂੰ ਰਾਤੀ ਕੋਈ ਫੋਨ ਆਇਆ ਮੰਤਰੀ ਦੇ PA ਬਣ ਕੇ ਕਿਸੇ ਮੁੰਡੇ ਨੇ ਫੋਨ ਕੀਤਾ ਕਿ ਮੈਡਮ ਜੀ ਮੰਤਰੀ ਸਾਹਿਬ ਨੇ ਕਿਹਾ ਕਿ ਸਾਨੂੰ ਤੁਹਾਡੇ ਨਾਲ ਟੱਚ ਕਰਨ ਨੂੰ ਅਤੇ ਅਸੀਂ ਤੁਹਾਨੂੰ ਟਿਕਟ ਜਾਂ ਚੇਅਰਮੈਨ ਹੀ ਲੈ ਕੇ ਦੇਵਾਂਗੇ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ ਅਤੇ ਅੱਜ ਦੀ ਮੀਟਿੰਗ ਜਿਹੜੀ ਵੀ ਹੋਈ ਹੈ ਵਧੀਆ ਹੋਈ ਹੈ ਬਟ ਸਾਨੂੰ ਸਨਮਾਨਿਤ ਨਹੀਂ ਕੀਤਾ ਗਿਆ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿਹੜੇ ਮੰਤਰੀ ਦੇ PA ਤੁਸੀਂ ਫਿਰ ਉਹਨਾਂ ਨੇ ਆਪਣਾ ਦੱਸਿਆ ਬਟ ਉਹਦਾ ਨਾਮ ਮੈਂ ਮੰਤਰੀ ਸਾਹਿਬ ਦੇ ਨਾਮ ਨਹੀਂ ਲੈਣਾ ਚਾਹੁੰਦੀ ਹੈਗੀ ਹਾਂਜੀ ਆਮ ਆਦਮੀ ਪਾਰਟੀ ਦੇ ਮੰਤਰੀ ਬਣਦੇ ਨੇ ਹਾਂਜੀ ਆਮ ਆਦਮੀ ਪਾਰਟੀ ਦੇ ਤੇ ਇਸ ਤੋਂ ਬਾਅਦ ਕੋਈ ਹੈ ਤੁਹਾਡੇ ਕੋਲ ਰਿਕਾਰਡਿੰਗ ਹਾਂਜੀ ਰਿਕਾਰਡਿੰਗ ਹੈਗੀ ਹੈ ਲੇਕਿਨ ਮਤਲਬ ਕਿ 1-10 ਤਰੀਕ ਨੂੰ ਵੀ ਮੈਨੂੰ ਸਵੇਰੇ 2:38 'ਤੇ ਕੋਲ ਆਈ ਹੈ ਉਹਦੀ ਵੀ ਰਿਕਾਰਡਿੰਗ ਹੈਗੀ ਹੈ ਕਿੰਨੀਆਂ ਕੋਲਾਂ ਤੁਹਾਨੂੰ ਦਿਨ ਤੱਕ 5-6 ਤਾਂ ਆਈ ਚੁੱਕੀਆਂ ਨੇ ਕੋਲ ਸਰ ਇਸ ਬਾਰੇ ਕੋਈ ਤੁਸੀਂ ਐਕਸ਼ਨ ਕੀਤਾ ਐਕਸ਼ਨ ਮੈਂ ਆਪਣੀ ਕੰਪਲੇਂਟ ਦਿੱਤੀ ਹੋਈ ਹੈ 2 ਨੰਬਰ ਥਾਣੇ 'ਚ ਵੀ 181 'ਤੇ ਵੀ ਕੰਪਲੇਂਟ ਕੀਤੀ ਸੀ ਫਿਰ ਮੈਂ CP ਸਾਹਿਬ ਦੇ ਪੇਸ਼ ਹੋ ਕੇ ਅਤੇ ਨਿਰਮਲ ਸਿੰਘ ACP ਦੇ ਵੀ ਕੰਪਲੇਂਟ ਉਹਨਾਂ ਨੇ ਕੀਤੀ ਤੁਹਾਨੂੰ ਕੀ ਲੱਗਦਾ ਹੈਗਾ ਜਿਹੜਾ ਕੋਲਾ ਆ ਗਈਆਂ ਕਿਆ ਮੰਤਰੀ ਸਹੀ ਮੰਤਰੀ ਦਾ ਵੱਲੋਂ ਸੀ ਨਹੀਂ ਸਹੀ ਨਹੀਂ ਹੈਗੇ ਜੀ ਫੇਕ ਹੈ ਇਸ ਬਾਰੇ ਤੁਸੀਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਹੈ ਪਾਰਟੀ ਨਾਲ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ ਕਿਉਂਕਿ ਮੈਂ ਆਪਣੇ ਦਿਨੇਸ਼ ਢਾਲ ਜੀ ਨੂੰ ਵੀ ਬਹੁਤ ਕਾਲ ਕੀਤੀ ਹੈ ਉਹਨਾਂ ਨੇ ਮੇਰਾ ਕਾਲ ਨਹੀਂ ਪਿੱਕ ਕੀਤੀ ਹਾਂਜੀ ਅਤੇ ਇਸ ਬਾਰੇ ਜਲੰਧਰ ਦੇ ਵਿਧਾਇਕ ਹੈਗੇ ਨੇ MP ਰਿੰਕੂ ਜੀ ਹੈਗੇ ਨਹੀਂ ਇਸ ਬਾਰੇ ਨਹੀਂ ਹੋਈ ਉਦਾਂ ਬਾਕੀ ਸਾਰਿਆਂ ਨੂੰ ਪਤਾ ਇਸ ਬਾਰੇ ਤੇ ਪੁਲਿਸ ਨੂੰ ਪੁਲਿਸ ਹੁਣ ਕੀ ਕਹਿ ਰਹੀ ਹੈ ਪੁਲਿਸ ਨੂੰ ਪੁਲਿਸ ਨੇ ਬੁਲਾਏ ਸੀ ਉਹ ਲੜਕਿਆਂ ਨੂੰ ਨੰਬਰ ਟਰੇਸ ਕਰਕੇ ਅਤੇ ਉਹਨਾਂ ਨੂੰ ਬਿਠਾਇਆ ਸੀ 3-4 ਦਿਨ ਪਹਿਲੇ ਦੀ ਗੱਲ ਹੈ ਅਤੇ ਉਹਨਾਂ ਕੋਲੋਂ ਟਾਈਮ ਲਿਆ ਹੋਇਆ ਸੀ ਮੰਡੇ ਤੱਕ ਦਾ ਅਤੇ ਮੈਂ ਕਿਹਾ ਸੀ ਇਹਨਾਂ 'ਤੇ ਬੰਦੀ ਕਾਰਵਾਈ FIR ਦਰਜ ਕਰੋ ਬਸ ਉਹ ਜਿਹੜੇ ਜਿਨ੍ਹਾਂ ਦੀ ਕੋਲਾ ਆ ਰਹੀ ਹੈ ਕਿਆ ਉਹ ਜਲੰਧਰ ਦੇ ਹਾਂਜੀ ਜਲੰਧਰ ਦੇ